ਮਾਲਵਾ ਬੈਡਲਿਵ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ ਤੇ ਸਾਰੇ ਹੀ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰੂੰਗਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਕ ਇਨਸਾਨੀਅਤ ਦੇ ਨਾਤੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਪੰਜਾਬ ਪੁਲਿਸ ਦਾ ਪੇਪਰ ਕਨਸਟੇਬਲ 1746 ਜਿਹੜੀਆਂ ਪੋਸਟਾਂ ਆ ਉਹ ਬਹੁਤ ਸਾਰੇ ਬੱਚਿਆਂ ਨੇ ਭਰੀਆਂ ਹੋਣਗੀਆਂ ਲਗਭਗ ਲੱਖਾਂ ਸਟੂਡੈਂਟਸ ਨੇ ਭਰੀਆਂ ਹੋਣਗੀਆਂ ਸੋ ਆਪਾਂ ਨਹੀਂ ਚਾਹੁੰਦੇ ਕਿਸੇ ਦਾ ਮਾੜਾ ਹੋਵੇ ਹਰੇਕ ਆਪਣੀ ਕਿਸਮਤ ਲਿਖਣ ਲਈ ਉੱਥੇ ਜਾਊਗਾ ਆਪਣੇ ਨਾਲ ਆਪਣੇ ਮਾਤਾ ਪਿਤਾ ਦੀਆਂ ਦੁਆਵਾਂ ਲੈ ਕੇ ਜਾਊਗਾ ਤੁਹਾਨੂੰ ਪਤਾ ਹੈ TCS ਸੈਂਟਰ ਦੇ ਵਿੱਚ ਤੁਹਾਡਾ ਪੇਪਰ ਹੋਣਾ ਹੈ ਹਰ ਬੱਚਾ ਗਰਮੀ ਦੇ ਵਿੱਚ 50 ਡਿਗਰੀ ਸੈਲਸੀਅਸ ਦੇ ਵਿੱਚ ਟੈਂਪਰੇਚਰ ਦੇ ਵਿੱਚ ਪੇਪਰ ਦੇਣ ਜਾਊਗਾ ਤੇ ਕੁਝ ਇਹੋ ਜਿਹੇ ਇਨਸਟਰਕਸ਼ਨਸ ਤੇ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਪੰਜਾਬ ਦੇ ਆਪਣੇ ਜਿਵੇਂ ਪੁਲਿਸ ਦੇ ਪੇਪਰ ਹੁੰਦੇ ਆ TCS ਡਿਪਾਰਟਮੈਂਟ ਵੱਲੋਂ ਅਪਡੇਟ ਦਿੱਤੀ ਗਈ ਹੈ ਤੇ ਮੇਰਾ ਫਰਜ਼ ਬੰਦਾ ਹੈ ਤੁਹਾਡੇ ਸਾਰੇ ਭੈਣ ਭਰਾਵਾਂ ਤੱਕ ਅੱਗੇ ਰੱਖਾਂ ਤਾਕੀ ਤੁਸੀਂ ਇਹਨਾਂ ਨੂੰ ਸਾਰੇ ਪੈਂਪਰਾਂ ਨੂੰ ਇਹ ਵੀਡੀਓ ਪਹੁੰਚਾ ਸਕੋ ਮੈਨੂੰ ਨਹੀਂ ਲੱਗਦਾ ਕੋਈ ਹੋਰ YouTube ਤੇ ਇਹੋ ਜਿਹਾ ਚੈਨਲ ਹੋਊਗਾ ਜਿਹੜਾ ਕਿ ਤੁਹਾਨੂੰ ਇਹਨਾਂ ਚੀਜ਼ਾਂ ਦੀ ਹੈਲਪ ਕਰ ਸਕਦਾ ਜਿਹੜੀਆਂ ਕਿ ਚੀਜ਼ਾਂ ਹੁਣ ਮੈਂ ਦੱਸਣ ਜਾ ਰਿਹਾ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆਈ ਸੀ ਤੇ ਉਹਨਾਂ ਦੇ ਕਮੈਂਟਾਂ ਦੇ ਅਕੋਰਡਿੰਗ ਹੀ ਮੈਨੂੰ ਇਹ ਵੀਡੀਓ ਹੁਣ ਅਪਲੋਡ ਕਰਨੀ ਪਈ ਨਹੀਂ ਤਾਂ ਦੋਸਤੋ ਦੇਖੋ ਕੋਈ ਘੱਟ ਹੀ ਚੈਨਲ ਇਹੋ ਜਿਹਾ ਹੁੰਦਾ ਜਿਹੜਾ ਕਿ ਤੁਹਾਨੂੰ ਅਵੇਅਰ ਕਰ ਸਕੇ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਦੇਖੋ ਵੀ ਆਪਣੇ ਪੰਜਾਬ ਪੁਲਿਸ ਦੇ ਐਡਮਿਟ ਕਾਰਡ ਦਾ ਤੁਹਾਨੂੰ ਪਤਾ ਹੈ ਹੁਣ ਅਪਲੋਡ ਹੋਣੇ ਲੱਗ ਗਏ ਵੇੜੇ ਕੀ ਜਨਰੇਟ ਹੋ ਜਾਣੀ ਆ ਹੁਣ ਵੈਸੇ ਲਿੰਕ ਤਾਂ ਬਣ ਚੁੱਕਾ ਹੈ ਲੌਗਇਨ ਜਦੋਂ ਤੁਸੀਂ ਕਰਦੇ ਹੋ ਜੇਕਰ ਨਹੀਂ ਵੀ ਪਤਾ ਚੱਲ ਤੁਹਾਨੂੰ ਇੱਥੇ ਇੱਕ ਵਾਰੀ ਛੋਟਾ ਜਿਹਾ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਤੁਸੀਂ ਲੌਗਇਨ ਕਰਨਾ ਇੱਥੇ ਜਦੋਂ ਮੇਨ ਪੋਰਟਲ ਤੇ ਖੋਲ ਕੇ ਕੁਝ ਇਸ ਤਰ੍ਹਾਂ ਦਾ ਤੁਹਾਡਾ ਲੌਗਇਨ ਵਾਲਾ ਸਿਸਟਮ ਜ ਆ ਜਾਂਦਾ ਇੱਥੇ ਆਪਣਾ ਸਾਰਾ ਯੂਜ਼ਰ ਨੇਮ ਤੇ ਪਾਸਵਰਡ ਜਿਹੜਾ ਕਿ ਤੁਹਾਨੂੰ ਈਮੇਲ ਆਈਡੀ ਤੇ ਆਇਆ ਹੋਣਾ ਜਦੋਂ ਤੁਸੀਂ ਫਾਰਮ ਭਰੇ ਹੋਣੇ ਆ ਉਹ ਭਰ ਕੇ ਕੈਪਚਾ ਕੋਡ ਭਰ ਕੇ ਕੱਢਦੇ ਹੋ ਤੁਹਾਨੂੰ ਤਿੰਨ ਤਿੰਨ ਆਪਸ਼ਨਸ ਮਿਲਦੀਆਂ ਤੀਜੀ ਆਪਸ਼ਨ ਜਿਹੜੀ ਹੁੰਦੀ ਐਡਮਿਟ ਕਾਰਡ ਦੀ ਹੁੰਦੀ ਐ ਹਜੇ ਤੁਹਾਨੂੰ ਲੋਕੇਸ਼ਨ ਦੱਸੀ ਹੋਗੀ ਜਦੋਂ ਐਡਮਿਟ ਕਾਰਡ ਤੇ ਕਲਿੱਕ ਕਰਦੇ ਹੋਗੇ ਖੁੱਲਦਾ ਨਹੀਂ ਹੋਊਗਾ ਸਿਰਫ ਲੋਕੇਸ਼ਨ ਬਾਰੋ-ਬਾਰ ਨਜ਼ਰ ਆਂਦੀ ਹੁੰਦੀ ਐ ਵੀ ਸਾਡਾ ਇੱਥੇ ਪੇਪਰ ਐ ਠੀਕ ਐ ਉਵੇਂ ਹੀ ਬਹੁਤ ਸਾਰੇ ਬੱਚਿਆਂ ਨੂੰ ਕਹਿੰਦਾ ਪਾ ਪਤਾ ਹੀ ਆ ਵੀ ਪੇਪਰ ਜਿਹੜਾ ਹੈਗਾ ਕਿੱਥੇ ਹੋਣਾ ਤੇ ਦੂਸਰੀ ਗੱਲ ਹੈ ਵੀ ਜਦੋਂ ਐਡਮਿਟ ਕਾਰਡ ਤੁਹਾਡਾ ਅਪਲੋਡ ਹੋਣਾ ਹੈ ਮਤਲਬ ਕਿ ਜਨਰੇਟ ਹੋਣਾ ਹੈ ਤੁਹਾਡੀ ਵੈਬਸਾਈਟ ਉੱਤੇ ਜਿਸ ਦਾ ਲਿੰਕ ਮੈਂ ਹੁਣ ਖੋਲ੍ਹਿਆ ਹੈ ਸਾਹਮਣੇ ਇਹ ਉਦੋਂ ਜਨਰੇਟ ਹੋਣਾ ਜਦੋਂ ਪੇਪਰ ਦੇ ਵਿੱਚ 2 ਦਿਨ ਜਾਂ 3 ਦਿਨ ਲੱਗੇ ਮਤਲਬ ਕੱਲ 28 ਤਰੀਕ ਜਾਂ 29 30 ਤਰੀਕ ਨੂੰ ਤੁਹਾਡਾ ਐਡਮਿਟ ਕਾਰਡ ਦੇਣਾ ਵੇਖਣ ਨੂੰ ਮਿਲ ਸਕਦਾ ਠੀਕ ਹੈ ਚਲੋ ਇਹ ਗੱਲ ਵੱਖਰੀਆਂ ਐਡਮਿਟ ਕਾਰਡ ਜਿਹੜਾ ਹੈਗਾ ਉਸ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਦਿੱਕਤਾਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਉਹਨਾਂ ਨੂੰ ਲੈ ਕੇ ਵੀ ਆਪਾਂ ਗੱਲ ਜਿਹੜਾ ਕਿ ਕੁਝ ਇਨਸਟਰਕਸ਼ਨਸ ਦਿੱਤੀਆਂ ਹੁੰਦੀਆਂ ਕਾਰਨ ਕੀ ਹੈ ਬਹੁਤ ਸਾਰੇ ਬੱਚਿਆਂ ਨੇ ਐਡਮਿਟ ਕਾਰਡ ਡਾਊਨਲੋਡ ਕਰਕੇ ਤਾਂ ਲੈ ਜਾਂਦੇ ਆ ਜਾਂ ਫਿਰ ਉੱਥੇ ਬੈਠ ਕੇ ਕਹਿ ਦਿੰਦੇ ਆ ਵੀ ਆਪਾਂ ਉਥੋਂ ਕਢਾ ਲਾਂਗੇ ਨੇੜੇ-ਤੇੜੇ ਕੋਈ ਫੋਟੋ ਸਟੇਟ ਦੀ ਦੁਕਾਨ ਹੋਗੀ ਪੇਪਰ ਸ਼ਾਮੀ ਆ ਜਾਂ ਸਵੇਰੇ ਆ ਸੋ ਦੋਸਤੋ ਦੇਖੋ ਕੁਝ ਇਨਸਟਰਕਸ਼ਨਸ ਪਹਿਲਾਂ ਮੈਂ ਦੱਸ ਦਵਾਂ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਇਨ੍ਹਾਂ ਤੇ ਕੁਝ ਕਾਰਨ ਵੀ ਹੈਗੇ ਤੁਹਾਡੇ ਨਾਲ ਜਿਹੜੀਆਂ ਵਾਪਰਦੀਆਂ ਐਡਮਿਟ ਕਾਰਡ ਜੇ ਦੋ ਵਾਰ ਨਾਮ ਆਣਾ ਜਾਂ ਫਿਰ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੋਬਲਮ ਆਂਦੀ ਉਹ ਮੈਂ ਤੁਹਾਨੂੰ ਦੱਸੂਗਾ ਕਿਵੇਂ ਤੁਸੀਂ ਹੱਲ ਕਰਨੀ ਹੈ ਜਾਂ ਤੁਹਾਡਾ ਪੇਪਰ ਕਿਸੇ ਠੀਕ ਹੈ ਹੁਣ ਧਿਆਨ ਨਾਲ ਸੁਣੋ ਸਭ ਤੋਂ ਪਹਿਲਾਂ ਤਾਂ ਤੁਸੀਂ ਪਾਸਪੋਰਟ ਸਾਈਜ਼ ਇੱਕ ਫੋਟੋ ਨਾਲ ਜ਼ਰੂਰ ਲੈ ਕੇ ਜਾਣੀ ਹੈ ਠੀਕ ਹੈ ਤੇ ਦੂਸਰੀ ਗੱਲ ਹੈ ਵੀ ਕੋਈ ਵੀ ਆਧਾਰ ਕਾਰਡ ਕੋਈ ਵੀ ਵੋਟਰ ਕਾਰਡ ਕਿਸੇ ਵੀ ਤਰ੍ਹਾਂ ਦਾ ਆਪਣਾ ਕਹਿੰਦਾ ਪ੍ਰੂਫ ਹੋਣਾ ਚਾਹੀਦਾ ਡਰਾਈਵਿੰਗ ਲਾਇਸੈਂਸ ਜਾਂ ਪੈਨ ਕਾਰਡ ਇਸ ਤਰ੍ਹਾਂ ਦਾ ਕੋਈ ਵੀ ਪ੍ਰੂਫ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਠੀਕ ਹੈ ਕਿਉਂਕਿ ਉਹਨਾਂ ਨੇ ਤੁਹਾਡਾ ਪ੍ਰੂਫ ਦੇਖ ਕੇ ਹੀ ਤੁਹਾਨੂੰ ਐਂਟਰੀ ਕਰਨ ਦੇਣੀ ਹੈ ਠੀਕ ਹੈ ਵੈਲਿਡ ਪ੍ਰੂਫ ਹੋਵੇ ਪਰ ਈ ਆਧਾਰ ਕਾਰਡ ਨਹੀਂ ਚਾਹੀਦਾ ਇੰਟਰਨੈਟ ਵਾਲਾ ਆਧਾਰ ਕਾਰਡ ਨਹੀਂ ਚਾਹੀਦਾ ਵੀ ਤੁਸੀਂ ਫੋਟੋ ਸਟੇਟ ਕੱਢ ਕੇ ਲੈ ਜਾਓ ਤੁਹਾਡੇ ਕੋਲ ਆਪਣੀ ਹਾਰਡ ਕਾਪੀ ਹੋਣੀ ਚਾਹੀਦੀ ਹੈ ਹਾਰਡ ਕਾਪੀ ਦਾ ਬਾਬ ਜਿਹੜਾ ਹੱਥ 'ਚ ਫੜ ਕੇ ਤੁਸੀਂ ਲੈ ਕੇ ਜਾ ਸਕੋ ਪੈਨ ਕਾਰਡ ਡਰਾਈਵਿੰਗ ਲਾਇਸੈਂਸ ਇਹਨਾਂ ਵਿੱਚੋਂ ਕੋਈ ਵੀ ਇੱਕ ਚੀਜ਼ ਤੁਹਾਡੇ ਨਾਲ ਹੋਣੀ ਕਾਰਨ ਕੀ ਹੈ ਤੁਹਾਡੇ ਜਿਹੜਾ ਹੈਗਾ ਐਡਮਿਟ ਕਾਰਡ ਉੱਤੇ ਤੁਹਾਡਾ ਨਾਮ ਜੇਕਰ ਦੋ ਵਾਰ ਲਿਖਿਆ ਤੇ ਆਧਾਰ ਕਾਰਡ ਤੇ ਤੁਹਾਡਾ ਨਾਮ ਇੱਕ ਵਾਰ ਲਿਖਿਆ ਤਾਂ ਤੁਹਾਨੂੰ ਉੱਥੇ ਖੜੇ ਪੈਰੀ ਉੱਥੇ ਜੋ ਇਨਸਟਰਕਸ਼ਨਸ ਵਾਲੇ ਹੋਣਗੇ ਜਾਂ ਕਹਿੰਨਦਾ ਕੋਈ ਕੰਪਿਊਟਰਾਈਜ਼ ਜਿਹੜੇ ਆਪਰੇਟਰ ਬੈਠੇ ਹੋਣਗੇ ਉਹ ਤੁਹਾਡੀ ਉੱਥੇ ਹੀ ਹੈਲਪ ਨੈਕਸਟ ਤੇ ਇਨਫੋਰਮੇਸ਼ਨ ਪਾ ਦੇਣਗੇ ਤੇ ਨਾਲ ਦੀ ਨਾਲ ਤੁਹਾਡੀ ਹੈਲਪ ਕਰਕੇ ਤੁਹਾਡਾ ਜਿਹੜਾ ਪੇਪਰ ਅੱਗੇ ਰਖਾ ਦੇਣਗੇ ਤਰੀਕਾ ਅੱਗੇ ਚਲੀਆਂ ਜਾਣੀਆਂ ਤੁਹਾਡਾ ਉਸ ਤੋਂ ਅਗਲੇ ਥੋੜੇ ਦਿਨਾਂ ਤੱਕ ਰੋਲ ਨੰਬਰ ਤੁਹਾਨੂੰ ਮਿਲ ਜੂਗਾ ਨਵਾਂ ਠੀਕ ਹੈ ਜੀ ਉਸ ਦਿਨ ਸਹਿ ਤੁਹਾਨੂੰ ਨਾ ਐਂਟਰੀ ਦਿੱਤੀ ਜਾਵੇ ਦੂਸਰੀ ਗੱਲ ਘਰੇ ਨਹੀਂ ਬੈਠਣਾ ਜੇਕਰ ਤੁਹਾਡੇ ਨਾਮ ਦੇ ਵਿੱਚ ਕੋਈ ਗੜਬੜੀ ਆਈ ਹੈ ਸਾਰੇ ਨੇ ਸੈਂਟਰ ਜ਼ਰੂਰ ਪਹੁੰਚਣਾ ਇੱਕ ਵਾਰ ਤੇ ਉੱਥੇ ਜਾ ਕੇ ਹੱਲ ਹੋ ਜਾਊਗਾ ਜਾਂ ਫਿਰ ਤੁਸੀਂ ਜੇ ਖੁਦ ਕਰ ਸਕਦੇ ਹੋ ਹੈਲਪ ਡੈਕਸ ਦੀ অপਸ਼ਨ ਹੁੰਦੀ ਹੈ ਜਦੋਂ ਲੌਗਇਨ ਕਰਦੇ ਹੋ ਤੁਸੀਂ ਈਮੇਲ ਆਈਡੀ ਆਪਣੀ ਇੱਥੇ ਆ ਇਸ ਪੋਰਟਲ ਦੇ ਉੱਤੇ ਜਦੋਂ ਤੁਸੀਂ ਲੌਗਇਨ ਕਰਦੇ ਹੋ ਇੱਥੇ ਇੱਕ ਹੈਲਪ ਟੈਕਸ ਦੀ ਆਪਸ਼ਨ ਦਿੱਤੀ ਹੁੰਦੀ ਹੈ ਇਸ ਦੇ ਵਿੱਚ ਹੀ ਜਦੋਂ ਤੁਸੀਂ ਯੂਜ਼ਰ ਨੇਮ ਗੇਰਾ ਭਰ ਕੇ ਜਾਂਦੇ ਹੋ ਠੀਕ ਹੈ ਉੱਥੇ ਤੁਸੀਂ ਫਾਈਲ ਆਪਣੀ ਕਰ ਸਕਦੇ ਹੋ ਰਜਿਸਟਰਡ ਅਗਲੀ ਗੱਲ ਕੀ ਹੈ ਦੋਸਤੋ ਦੇਖੋ ਵੀ ਤੁਸੀਂ ਆਪਦੇ ਨਾਲ ਜਿਹੜਾ ਹੈਗਾ ਜਰੂਰ ਇੱਕ ਨਾ ਕਹਿੰਦਾ ਪਾਬ ਜਦੋਂ ਤੁਸੀਂ ਅੰਦਰ ਜਾਓਗੇ ਤਾਂ ਤੁਹਾਡੇ ਹੱਥ ਵਿੱਚ ਕੋਈ ਵੀ ਇਹੋ ਜੀ ਚੀਜ਼ ਨਾ ਸਬਸਟੈਂਸ ਨਹੀਂ ਹੋਣਾ ਚਾਹੀਦਾ ਲੋਹੇ ਦੀ ਚੀਜ਼ ਤੋਂ ਲੈ ਕੇ ਧਾਗੇ ਤੱਕ ਕੋਈ ਵੀ ਚੀਜ਼ ਬੰਨੀ ਨਾ ਹੋਵੇ ਬੂਟ ਤੋਂ ਲੈ ਕੇ ਜਰਾਬਾਂ ਤੱਕ ਤੁਹਾਡੇ ਸਾਰੇ ਕਲੀਅਰ ਹੋਣ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕਹਿੰਦਾ ਪਾਬ ਬੂਟ ਜਰਾਬਾਂ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੇ ਵਿੱਚ ਕੋਈ ਵੀ ਚੀਜ਼ ਇਹੋ ਜੀ ਨਾ ਪਈ ਹੋਵੇ ਜਿਹੜੀ ਸਕੈਨ ਕਰ ਦੌਰਾਨ ਤੁਹਾਡਾ ਫੜੇ ਜਾਓ ਤੁਸੀਂ ਠੀਕ ਹੈ ਬੂਟਾਂ ਦਾ ਸੋਲ ਬਿਲਕੁਲ ਪਤਲਾ ਹੋਣਾ ਚਾਹੀਦਾ ਤੁਹਾਨੂੰ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਜਿ ਦਿੱਕਤਾਂ ਜਦ ਮਤਲਬ ਕਹਿੰਦਾ ਪ੍ਰੋਬਲਮ ਆਂਦੀ ਹੈ ਕਿਉਂਕਿ ਨੰਗੇ ਪੈਰੀ ਵੀ ਪੇਪਰ ਦਿੰਦੇ ਜਾਂਦੇ ਹੋਏ ਦੇਖਿਆ ਮੈਂ ਕਈ ਬੱਚਿਆਂ ਨੂੰ ਤੇ ਉਸ ਵੇਲੇ ਤੁਸੀਂ ਫਿਰ ਫੀਲ ਲੋ ਫੀਲ ਕਰੋਗੇ ਹੋਰਾਂ ਦੋਸਤਾਂ ਸਾਹਮਣੇ ਹਾਸਾ ਮਿਆਂ ਗੁੱਡੂ ਤੁਹਾਡਾ ਕੌਨਫੀਡੈਂਸ ਲੋ ਹੋਊਗਾ ਸੋ ਇਸੇ ਕਰਕੇ ਕਰੋ ਉਹ ਜੀ ਤਿਆਰੀ ਕਰਕੇ ਜਾਓ ਵੀ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਦੂਸਰੀ ਗੱਲ ਹੈ ਦੋਸਤੋ ਵੀ ਐਡਮਿਟ ਕਾਰਡ ਹੈ ਜਿਹੜਾ ਤੁਹਾਡੇ ਕੋਲ ਉਹ ਜਦੋਂ ਜਦੋਂ ਤੁਸੀਂ ਹੈਂਡ ਓਵਰ ਕਰੋਗੇ ਮਤਲਬ ਕਿਸੇ ਵੀ ਕਿਸੇ ਨੂੰ ਵੀ ਕਰਦੇ ਹੋ ਹੈਂਡ ਓਵਰ ਉਹ ਤੁਹਾਨੂੰ ਦੇਖੇਗਾ ਵੀ ਤੁਸੀਂ ਉਹੀ ਪਰਸਨ ਹੋ ਸੋ ਠੀਕ ਹੈ ਕਿਸੇ ਨੇ ਵੀ ਭੈਣ ਭਰਾ ਨਹੀਂ ਇਹ ਨਹੀਂ ਸੋਚਣਾ ਮੈਂ ਆਪਦੇ ਭਰਾ ਨੂੰ ਭੇਜ ਦੇਣਾ ਹਮ ਸ਼ਕਲ ਹੈ ਟਵਿਨ ਵੀ ਬ੍ਰਦਰ ਹੁੰਦੇ ਕਰੇ ਇੱਕੋ ਜਿਹੀਆਂ ਸ਼ਕਲਾਂ ਹੁੰਦੀਆਂ ਕਿਉਂਕਿ ਜਦੋਂ ਤੁਹਾਡਾ ਆਧਾਰ ਕਾਰਡ ਵੇਖੂਗਾ ਤੁਹਾਡੇ ਸਕੈਨ ਕਰੂਗਾ ਥੰਬਨੈਲ ਜੇ ਨਾ ਸਕੈਨ ਹੋਇਆ ਤੁਹਾਨੂੰ ਇਨਸਟੈਂਟ ਤੁਹਾਨੂੰ ਕੱਢ ਦਿੱਤਾ ਜਾਊਗਾ ਇਗਜ਼ਾਮ ਦੇ ਵਿੱਚੋਂ ਤੇ ਤੁਹਾਡੇ ਉੱਤੇ ਪਰਚਾ ਵੀ ਦਰਜ ਕੀਤਾ ਜਾ ਸਕਦਾ ਹੈ ਦੇਖਾ ਤੁਹਾਡਾ ਸਕੈਨਿੰਗ ਕਰਨ ਤੇ ਤੁਹਾਡੇ ਆਧਾਰ ਕਾਰਡ ਦਾ ਨੰਬਰ ਨਾ ਮੈਚ ਕੀਤਾ ਮਤਲਬ ਤੁਹਾਡਾ ਥੰਬ ਨਾ ਮੈਚ ਕੀਤਾ ਇਮਪ੍ਰੈਸ਼ਨ ਜੇਕਰ ਨਾ ਮੈਚ ਕੀਤਾ ਤੁਹਾਨੂੰ ਕੱਢ ਦਿੱਤਾ ਜਾਊਗਾ ਠੀਕ ਹੈ ਤੇ ਦੂਸਰੀ ਗੱਲ ਮੋਬਾਈਲ ਵਗੈਰਾ ਜੋ ਵੀ ਹੈਗਾ ਉਹ ਸਾਰਾ ਰੱਖ ਕੇ ਜਾਓ ਤੇ ਐਡਮਿਟ ਕਾਰਡ ਦੇ ਵਿੱਚ ਦੋ ਤਰ੍ਹਾਂ ਦੀ ਆਪਾਂ ਨੂੰ ਚੀਜ਼ਾਂ ਵੇਖਣ ਨੂੰ ਮਿਲਦੀਆਂ ਇੱਕ ਇਨਵਿਜੀਲੇਟਰ ਕਾਪੀ ਇੱਕ ਪਰਸਨਲ ਕਾਪੀ ਪਰਸਨਲ ਕਾਪੀ ਤੁਹਾਨੂੰ ਤੁਹਾਨੂੰ ਖੁਦ ਹੀ ਲੈ ਕੇ ਮਤਲਬ ਘਰੇ ਲੈ ਕੇ ਜਾਣ ਨੂੰ ਦੇ ਦੇਣਗੇ ਇਨਵਿਜੀਲੇਟਰ ਕਾਪੀ ਤੁਹਾਡੀ ਉਹ ਜਿਹੜੀ ਹੈਗੀ ਪੇਜ ਨੂੰ ਦੋ ਹਿੱਸੇ ਕਰਕੇ ਮਤਲਬ ਇੱਕ ਹੀ ਪੇਜ ਦੇ ਉੱਤੇ ਦੋ ਚੀਜ਼ਾਂ ਦਿੱਤੀਆਂ ਪਹਿਲਾਂ ਪਰਸਨਲ ਕਾਪੀ ਦੂਜੀ ਇਨਵਿਜੀਲੇਟਰ ਤੁਸੀਂ ਇਨਵਿਜੀਲੇਟਰ ਕਾਪੀ ਦੇ ਉੱਤੇ ਸਾਈਨ ਕਰੋਗੇ ਤੇ ਆਪਣੀ ਪਰਸਨਲ ਕਾਪੀ ਤੇ ਵੀ ਸਾਈਨ ਕਰੋਗੇ ਇਨਵਿਜੀਲੇਟਰ ਕਾਪੀ ਤੇ ਤੁਹਾਡੇ ਤੋਂ ਸਾਈਨ ਤੇ ਤਰੀਕ ਲਿਖਾ ਕੇ ਉਹ ਰੱਖ ਲੈਣਗੇ ਵੀ ਤੁਸੀਂ ਪੇਪਰ ਦੇ ਕੇ ਗਏ ਹੋ ਉਹ ਉਹਨਾਂ ਲਈ ਪ੍ਰੂਫ ਹੁੰਦਾ ਠੀਕ ਹੈ ਜੀ ਬਾਕੀ ਦੋਸਤੋ ਸਾਰੀਆਂ ਗੱਲਾਂ ਤੁਹਾਨੂੰ ਇਹ ਦੱਸਾਂ ਵੀ ਜੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਤੁਸੀਂ ਇੱਥੇ ਆਪਣਾ ਯੂਜ਼ਰ ਨੇਮ ਤੇ ਪਾਸਵਰਡ ਭਰ ਕੇ ਲੌਗਇਨ ਕਰਕੇ ਤੁਹਾਡੇ ਕੋਲ ਐਪਲੀਕੇਸ਼ਨ ਡਿਟੇਲ ਦੇ ਵਿੱਚ ਜਾਂ ਫਿਰ ਕਹਿੰਦਾ ਪਵ ਡਿਟੇਲਸ ਆਂਦੀਆਂ ਜਿੱਥੇ ਪਰਸਨਲ ਡਿਟੇਲਸ ਦੇ ਵਿੱਚ ਤੋਂ ਬਾਅਦ ਕਨਸਟੇਬਲ ਤੇ ਆਪਸ਼ਨ ਕਰੋਗੇ ਕਨਸਟੇਬਲ ਤੇ ਆਪਸ਼ਨ ਕਰਨ ਤੋਂ ਬਾਅਦ ਹੈਲਪ ਟੈਕਸ ਦੀ ਇੱਕ ਆਪਸ਼ਨ ਆਂਦੀ ਹੈ ਜਿੱਥੇ ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀ ਮਜਬੂਰੀ ਜੇਕਰ ਤੁਹਾਨੂੰ ਆਈ ਹੈ ਵੀ ਜਾਂ ਨਾਮ ਡਬਲ ਹੈ ਜਾਂ ਐਡਰੈਸ ਗਲਤ ਹੈ ਜਾਂ ਸੈਂਟਰ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਪ੍ਰੀਕਲੈਸ਼ ਕਰ ਰਹੇ ਤੁਸੀਂ ਉੱਥੇ ਪਾ ਸਕਦੇ ਹੋ ਠੀਕ ਹੈ ਇਹ ਸਾਰਾ ਪ੍ਰੋਸੈਸ ਹੈ ਜੇਕਰ ਤੁਸੀਂ ਅੱਗੇ ਕਰਨਾ ਹੈ ਪੇਪਰ ਬਾਕੀ ਇਨਸਟਰਕਸ਼ਨਸ ਤਾਂ ਨਹੀਂ ਸਾਨੂੰ ਤੁਹਾਨੂੰ ਦੱਸ ਦਿੱਤੀਆਂ ਤੇ ਜੋ ਕਿ ਜਿਹੜੇ ਕੀ ਪੇਪਰ ਹੈ ਜਿਹੜਾ TCS ਵੱਲੋਂ ਲਿਆ ਜਾਣਾ ਤੁਹਾਨੂੰ ਪਤਾ ਹੈ ਵੀ ਇਹ ਜਿਹੜੀ ਇਹ TCS ਜਿਹੜਾ ਹੈਗਾ ਪੇਪਰ ਜਦੋਂ ਲੈਂਦੀ ਹੈ ਤੇ ਪੇਪਰ ਜਿਹੜਾ ਹੈਗਾ ਇਸ ਦੇ ਵਿੱਚ ਨਾ ਹੀ ਭੈਣਪਰਾ ਨੂੰ ਮੈਂ ਬੇਨਤੀ ਕਰੂੰਗਾ ਵੀ ਪੇਪਰ ਤੁਹਾਡਾ ਪੂਰਾ ਔਖਾ ਹੋਊਗਾ ਨਾ ਹੀ ਸੋਖਾ ਹੋਊਗਾ ਇੱਕ ਮੋਡਰੇਟ ਲੈਵਲ ਦਾ ਪੇਪਰ ਚੱਲਦਾ ਹੁੰਦਾ ਜਿਹੜੇ ਭੈਣਪਰਾ ਪਲੱਸ 2 베ਸਡ ਹੈ ਉਹਨਾਂ ਦੇ ਅਕੋਰਡਿੰਗ ਪੇਪਰ ਪੈਂਦਾ ਹੈ ਠੀਕ ਹੈ ਜੀ ਸੋ ਜਿਹੜ ਤਾਂ ਪਲੀਜ਼ ਤਿਆਰੀ ਇਹ ਸਾਭ ਦੀ ਕਰਕੇ ਜਾਓ ਕਿ ਹੋਣਾ ਬੱਚਿਆਂ ਨਾਲੋਂ ਤੁਹਾਡੇ ਦੁੱਗਣੇ ਤਿਕਨੇ ਨੰਬਰ ਆਣੇ ਚਾਹੀਦੇ ਕਿਉਂਕਿ ਤੁਹਾਨੂੰ ਪਤਾ ਹੈ ਮੈਚ ਬਹੁਤ ਕਸਮਾ ਚੱਲਦਾ ਹੈ ਅੱਜਕੱਲ ਤੇ ਬਹੁਤ ਸਾਰੇ ਬੱਚਿਆਂ ਨੇ ਮੋਕ ਲਿੰਕ ਤੇ ਵੀ ਵੇਖਿਆ ਹੋਊਗਾ ਕੁਐਸਚਨ ਦੇਖਣ ਨੂੰ ਸੌਖੇ ਮਿਲ ਰਹੇ ਆ ਬਟ ਜਦੋਂ ਤੁਸੀਂ ਪੇਪਰ ਦੇ ਵਿੱਚ ਬੈਠਦੇ ਹੋ ਤਾਂ ਤੁਹਾਨੂੰ ਕੁਝ ਹੋਰ ਹੀ ਵੇਖਣ ਨੂੰ ਮਿਲਦਾ ਹੈ ਜਿਸ ਕਰਕੇ ਘਬਰਾ ਕੇ ਤੁਸੀਂ ਘਰ ਨੂੰ ਰੋਂਦੇ ਆਣਿਓ ਵੀ ਅਸੀਂ ਜੋ ਪੇਪਰ ਪੜਿਆ ਸੀ ਉਹ ਵੇਖਣ ਨੂੰ ਨਹੀਂ ਮਿਲਿਆ ਸੋ ਇਹ ਸਿਲੇਬਸ ਦਾ ਤੁਸੀਂ ਕੀਤਾ ਹੈ ਇਹਨੂੰ ਜ਼ਿਆਦਾ ਤੁਸੀਂ ਰਿਵੀਜ਼ਨ ਕਰਨੀ ਹੈ ਐਕਸਟਰਾ ਚੀਜ਼ਾਂ ਜਿਹੜੀਆਂ ਕਿ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਜਿਹੜੀਆਂ ਚੀਜ਼ਾਂ ਮਿਲੀਆਂ ਉਹ ਤੁਸੀਂ ਐਨਲਿਸਿਸ ਕਰ ਸਕਦੇ ਹੋ ਪੁਰਾਣੇ ਪੇਪਰਾਂ ਨਹੀਂ ਤੇ ਉਸ ਅਕੋਰਡਿੰਗ ਤੁਸੀਂ ਘਰੋਂ ਕਰਕੇ ਚੱਲਣਾ ਸੋ ਇੱਕ ਗੱਲ ਹੋਰ ਦੋਸਤੋ ਜੀਕੇ ਦੇ ਵਿੱਚ ਇਹ ਨਾ ਸੋਚਿਓ ਕਿ ਤੇ ਕਰੰਟ ਅਫੇਅਰ ਆ ਜਾਣ ਕਰੰਟ ਅਫੇਅਰ ਕਈ ਵਾਰ ਨਹੀਂ ਵੀ ਵੇਖਣ ਨੂੰ ਮਿਲਦੇ ਕਈ ਵਾਰ ਇਦਾਂ ਹੁੰਦਾ ਵੀ ਅਸਲੀ ਸਬਜੈਕਟ ਹੀ ਪਾ ਦਿੰਦੇ ਆ ਜ਼ਿਆਦਾ ਕਿਉਂਕਿ ਕੋਈ ਜ ਨਹੀਂ ਪਤਾ ਪੰਜਾਬ ਸਰਕਾਰ ਨੇ ਕੀ ਹਦਾਇਤਾਂ ਦਿੱਤੀਆਂ ਕਿਵੇਂ ਦਿੱਤੀਆਂ ਪਿਛਲੇ ਸਾਲ ਤੋਂ ਇਹ ਪਿਛਲੇ ਸਾਨੂੰ ਮੱਦੇਨਜ਼ਰ ਰੱਖਦੇ ਹੋਏ ਡਿਪਾਰਟਮੈਂਟ ਕਿਹੋ ਜਿਹਾ ਪੇਪਰ ਪਾ ਦੇ ਇਹ ਤੁਹਾਨੂੰ ਵੀ ਨਹੀਂ ਪਤਾ ਸੋ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਤਿਆਰੀ ਕਰੋ ਤੇ ਪੇਪਰ ਵਧੀਆ ਦਿਓ ਬਾਕੀ ਹੋਰ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ TCS ਡਿਪਾਰਟਮੈਂਟ ਵੱਲੋਂ ਜੋ ਇਨਸਟਰਕਸ਼ਨਾਂ ਸਭ ਮੈਨੂੰ ਮਿਲੀਆਂ ਮੈਂ ਤੁਹਾਨੂੰ ਦੇ ਦਿੱਤੀਆਂ ਤੇ ਹੁਣ ਇਹ ਚੀਜ਼ਾਂ ਨੂੰ ਜੇਕਰ ਤੁਸੀਂ ਫੋਲੋ ਨਹੀਂ ਕਰੋਗੇ ਤਾਂ ਖੁਦ ਹੀ ਮਤਲਬ ਕਹਿੰਦਾ ਬਾ ਜਾਲ ਦੇ ਵਿੱਚ ਫਸੋਗੇ ਸੋ ਇਸ ਕਰਕੇ ਰਿਪੋਰਟਿੰਗ ਟਾਈਮ ਤੇ ਪਹੁੰਚਣਾ ਪੂਰਾ ਐ ਨਾ ਵੀ ਕਿਤੇ ਪੇਪਰ ਤੋਂ 10 ਮਿੰਟ ਪਹਿਲਾਂ ਪਹੁੰਚੋ ਸੋ ਪੇਪਰ ਤੋਂ ਹੋਰ ਅੱਧਾ ਘੰਟਾ ਘੰਟਾ ਪਹਿਲਾਂ ਜ਼ਰੂਰ ਪਹੁੰਚਿਓ ਬਾਕੀ ਉਮੀਦ ਕਰਦਾ ਤੁਸੀਂ ਸਾਰੇ ਸਮਝਦਾਰੀ ਹੋ ਤੇ ਜਲਦੀ ਪਹੁੰਚੋਗੇ ਤੇ ਮਿਲਦੇ ਆਪਾਂ ਧੰਨਵਾਦ ਤੇ ਮੇਰੇ ਵੱਲੋਂ ਸਾਰੀ ਪੈਨ ਪ੍ਰਾਉ ਨੂੰ ਜੈ ਹਿੰਦ